ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ਰੂ ਨੂੰ ਅਦਾਲਤ ਤੋਂ ਵੱਡੀ ਰਾਹਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ ਕਰੋਨਾ ਸਮੇਂ ਦਰਜ ਕੀਤੇ ਸਾਰੇ ਮਾਮਲੇ ਹੋਣਗੇ ਰੱਦ ਐਸਜੀਪੀਸੀ ਪ੍ਰਧਾਨ ਧਾਮੀ ਅਤੇ ਸੁਖਵੀਰ ਤੇ ਵੱਡਾ ਹਮਲਾ ਖੋਲੇ ਗੁੱਜੇਪੇਠ ਲੌਰੈਂਸ ਬਿਸ਼ਨੋਈ ਨੂੰ ਚੋਣ ਲੜਨ ਦੀ ਪੇਸ਼ਕਸ਼ ਪੰਜਾਬ ਚ ਪਰਾਲੀ ਸਾੜਨ ਤੇ ਪੁਲਿਸ ਦੀ ਵੱਡੀ ਕਾਰਵਾਈ ਭਿਖਾਰੀਆਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੇ ਸਖਤ ਹੁਕਮ ਈਵੀਐ ਮਸ਼ੀਨਾਂ ਵਿੱਚ ਧਾਂਦਲੀ 벨ਟ ਪੇਪਰ ਤੇ ਹੀ ਹੋਣੀਆਂ ਚਾਹੀਦੀਆਂ ਨੇ ਚੋਣਾ ਐਲਨ ਮਸਕ ਦਾ ਵੱਡਾ ਦਾਵਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਇਕਤ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਅਤੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਤੁਹਾਨੂੰ ਯਾਦ ਹੋਣਾ ਕਿ ਇਹਾਂ ਦੇ ਸਿੰਘ ਫਸੇ ਸੀ ਅਤੇ ਜਦੋਂ ਲੋੜ ਪਈ ਤਾਂ ਨਵਜੋਤ ਸਿੰਘ ਸਿੱਧੂ ਗਵਾਹੀ ਦੇਣ ਤੋਂ ਵੀ ਮੁੱਕਰ ਗਏ ਸੀ ਤੇ ਹੁਣ ਗੱਲ ਕਰਦੇ ਆ ਕਿ ਭਾਰਤ ਭੂਸ਼ਣ ਆਸ਼ੂ ਨੂੰ ਤਾਂ ਵੱਡੀ ਰਾਤ ਮਿਲ ਗਈ ਅਤੇ ਫਿਰ ਆਖ ਸਕਦੇ ਆ ਕਿ ਡੀਐਸਪੀ ਸੇਖੋ ਨੂੰ ਵੱਡਾ ਝਟਕਾ ਹੈ ਕਿਉਂਕਿ ਭੂਸ਼ਣ ਦੇ ਖਿਲਾਫ ਦਾਇਰ ਕੀਤੀ ਗਈ ਇੱਕ ਬਹੁਤ ਚਰਚਿਤ ਅਪਰਾਧਿਕ ਸ਼ਿਕਾਇਤ ਉਸ ਕਾਰਤੂ ਚੀਫ ਜੁਡੀਸ਼ੀਅਲ ਮੈਜਿਸਟਰੇਟ ਰਾਧਕਾਪੁਰੀ ਨੇ ਖਾਰਜ ਕਰ ਦਿੱਤਾ ਹੈ ਸ਼ਿਕਾਇਤ ਦੇਬ ਸਾਫਕਾ ਡੀਐਸਪੀ ਨੇ ਦੋਸ਼ ਲਾਈ ਸੀ ਕਿ ਆਸ਼ੂ ਨੇ ਉਸ ਨੂੰ ਧਮਕੀਆਂ ਦਿੱਤੀਆਂ ਸੀ ਅਤੇ ਸ਼ਹਿਰ ਦੇ ਵਿੱਚ ਇੱਕ ਵੱਡਾ ਪ੍ਰੋਜੈਕਟ ਸੀ ਉਸ ਦੀ ਗੈਰ ਕਾਨੂੰਨੀ ਉਸਾਰੀ ਦੀ ਜਾਂਚ ਦੇ ਵਿੱਚ ਦਾਖਲ ਦੇ ਕੇ ਸਰਕਾਰੀ ਕੰਮ ਦੇ ਵਿੱਚ ਵਿਘਨ ਵੀ ਪਾਇਆ ਸੀ ਕੇਸ ਨੂੰ ਖਾਰਜ ਕਰਦਿਆਂ ਅਦਾਲਤ ਨੇ ਕਿਹਾ ਕਿ ਮੌਜੂਦਾ ਸ਼ਿਕਾਇਤ ਤੇ ਅੱਗੇ ਵਧਣ ਵਾਸਤੇ ਲੋੜੀਂਦਾ ਕੋਈ ਆਧਾਰ ਮੌਜੂਦ ਨਹੀਂ ਅਤੇ ਕਿਸੇ ਯੋਗਤਾ ਦੀ ਘਾਟ ਕਾਰਨ ਸ਼ਿਕਾਇਤ ਨੂੰ ਖਾਰਜ ਕੀਤਾ ਜਾ ਰਿਹਾ ਹੈ ਅਸਲ ਦੇ ਵਿੱਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਸਮਾਜ ਸੇਵੀ ਕੁਲਦੀਪ ਸਿੰਘ ਖਹਿਰਾ ਨੇ ਫਲਾਈਟਾਂ ਦੀ ਨਜ਼ਾਇਜ਼ ਉਸਾਰੀ ਦਾ ਪਰਦਾਫਾਸ਼ ਕੀਤਾ ਸੀ ਜਿਸ ਤੋਂ ਬਾਅਦ ਜੁਲਾਈ 2118 ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਦਾ ਕੰਮ ਉਹਨਾਂ ਨੂੰ ਸੌਂਪਿਆ ਗਿਆ ਸੀ ਸੇਖੋਂ ਦੇ ਅਨੁਸਾਰ ਆਸ਼ੂ ਨੇ ਜੁਲਾਈ 2118 ਵਿੱਚ ਉਹਨੂੰ ਆਪਣੇ ਘਰ ਬੁਲਾਇਆ ਉਹਨੂੰ ਸਿਰਫ ਪੁਲਿਸ ਦੇ ਕੰਮ ਤੇ ਧਿਆਨ ਕੇਂਦਰਿਤ ਕਰਨ ਅਤੇ ਮਾਮਲਿਆਂ ਵਿੱਚ ਨਾ ਉਲਜਣ ਦੀ ਚੇਤਾਵਨੀ ਵੀ ਦਿੱਤੀ ਹਾਲਾਂਕਿ ਅਦਾਲਤ ਨੇ ਕਿਹਾ ਕਿ ਸੇਖੋਂ ਇਸ ਗੱਲ ਦਾ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ ਕਿ ਉਹ ਆਸ਼ੂ ਦੇ ਘਰ ਗਿਆ ਸੀ ਜਾਂ ਸੱਦਿਆ ਗਿਆ ਸੀ ਜਿਸ ਕਾਰਨ ਇਹ ਦੋਸ਼ ਸਾਬਤ ਨਹੀਂ ਹੋ ਸਕਿਆ ਸੇਖੋਂ ਨੇ ਅੱਗੇ ਦੋਸ਼ ਇਹ ਲਾਇਆ ਸੀ ਕਿ ਆਰ ਕੇ ਬਿਲਡਰਜ਼ ਅਤੇ ਉਸਦੇ ਸਾਥੀਆਂ ਨੇ ਜਾਂਚ ਨੂੰ ਅਸਫਲ ਕਰਨ ਦੀ ਸਾਜ਼ਿਸ਼ ਰਚੀ ਅਤੇ ਉਸ ਨੂੰ ਕਈ ਧਮਕੀਆਂ ਦਿੱਤੀਆਂ ਹਾਲਾਂਕਿ ਸੇਖੋਂ ਨੇ ਉਨ੍ਹਾਂ ਵਿਅਕਤੀਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਜਿਨ੍ਹਾਂ ਤੋਂ ਉਸ ਨੂੰ ਕਥਿਤ ਤੌਰ ਤੇ ਇਹ ਧਮਕੀਆਂ ਦਿੱਤੀਆਂ ਗਈਆਂ ਅਤੇ ਰਾਹੀ ਉਸਨੇ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਵਾਸਤੇ ਅਦਾਲਤ ਨੇ ਦੱਸਿਆ ਕਿ ਕੋਈ ਸਬੂਤ ਪੇਸ਼ ਕੀਤਾ ਇਹ ਵੀ ਅਦਾਲਤ ਦੁਆਰਾ ਨੋਟ ਕੀਤਾ ਗਿਆ ਸੇਖੋ ਨੇ ਇਹ ਵੀ ਦਾਵਾ ਕੀਤਾ ਸੀ ਕਿ 24 ਜੁਲਾਈ 2118 ਨੂੰ ਆਸ਼ੂ ਨੇ ਉਸ ਨੂੰ ਆਪਣੇ ਮੋਬਾਈਲ ਨੰਬਰ ਤੋਂ ਫੋਨ ਕੀਤਾ ਤੇ ਖੁੱਲੇਆਮ ਧਮਕੀਆਂ ਦਿੱਤੀਆਂ ਹਾਲਾਂਕਿ ਦੋ ਗਵਾਹਾਂ ਨਵਦੀਪ ਸਿੰਘ ਅਤੇ ਅਮਿਤ ਗਰੇਵਾਲ ਨੇ ਗਵਾਹੀ ਦਿੱਤੀ ਕਿ ਉਹਨਾਂ ਨੇ ਸੇਖੋ ਨੂੰ ਇੱਕ ਤਣਾਅਪੂਰਨ ਫੋਨ ਕਾਲ ਸੁਣਦਿਆਂ ਵੇਖਿਆ ਸੀ ਉਨ੍ਹਾਂ ਦੀ ਗਵਾਹੀ ਵੀ ਪਰ ਇਹ ਸਾਬਤ ਨਹੀਂ ਕਰ ਸਕੀ ਕਿ ਉਹ ਫੋਨ ਕਾਲ ਆਸ਼ੂ ਦੀ ਹੀ ਸੀ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਸੇਖੋ ਨੇ ਇਸ ਸਬੰਧ ਵਿੱਚ ਕੋਈ ਕਾਲ ਰਿਕਾਰਡ ਵੀ ਜਾਂ ਕੋਈ ਦਸਤਾਵੇਜ਼ ਵੀ ਅਦਾਲਤ ਦੇ ਸਾਹਮਣੇ ਸਬੂਤ ਵਜੋਂ ਪੇਸ਼ ਨਹੀਂ ਕੀਤੇ ਅਦਾਲਤ ਨੇ ਕਿਹਾ ਕਿ ਕਾਲ ਡਿਟੇਲ ਅਤੇ ਹੋਰ ਅਹਿਮ ਦਸਤਾਵੇਜ਼ਾਂ ਦੀ ਅਣਹੋਂਦ ਦੇ ਕਾਰਨ ਇਹ ਕੇਸ ਕਾਫੀ ਕਮਜ਼ੋਰ ਹੈ ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਵੱਲੋਂ ਮਹੱਤਵਪੂਰਨ ਦਸਤਾਵੇਜ਼ ਪੇਸ਼ ਨਾ ਕੀਤੇ ਗਏ ਅਤੇ ਇਸ ਦੇ ਖਿਲਾਫ ਉਲਟਾ ਅੰਦਾਜ਼ਾ ਲਗਾਇਆ ਗਿਆ ਇਸ ਲਈ ਸ਼ਿਕਾਇਤਕਰਤਾ ਦੇ ਵੱਲੋਂ ਸ਼ਿਕਾਇਤ ਦੇ ਵਿੱਚ ਪੇਸ਼ ਕੀਤੀ ਗੱਲਬਾਤ ਦਾ ਪੂਰਾ ਵੇਰਵਾ ਵੀ ਸਾਫ਼ਤ ਨਹੀਂ ਹੋ ਸਕਿਆ ਇਹਦੇ ਤੋਂ ਇਲਾਵਾ ਕਈ ਹੋਰ ਗਵਾਹ ਜਿਨ੍ਹਾਂ ਵਿੱਚ ਕਈ ਪ੍ਰਮੁੱਖ ਸ਼ਖਸੀਅਤਾਂ ਸਨ ਜਿਨ੍ਹਾਂ ਵਿੱਚ ਨਵਜੋਤ ਸਿੰਘ ਸਿੱਧੂ ਸਾਫਕਾ ਮੁਖ ਸਕੱਤਰ ਇਹਵੇਂ ਨੂੰ ਪ੍ਰਸ਼ਾਦ ਅਤੇ ਸੰਦੀਪ ਸਿੰਘ ਮਾਨਕ ਵੀ ਸ਼ਾਮਲ ਸੀ ਵੀ ਆਰ ਕੇ ਵਿਲਡਰਾਂ ਦੀ ਜਾਂਚ ਸੰਬੰਧੀ ਗਵਾਹੀ ਦਿੱਤੀ ਗਈ ਪਰ ਹਾਲਾਂਕਿ ਉਹਨਾਂ ਦੀ ਗਵਾਹੀ ਵੀ ਆਸ਼ੂ ਦੇ ਵਿਰੁੱਧ ਕੋਈ ਅਪਰਾਧਿਕ ਕਾਰਵਾਈ ਦੇ ਦੋਸ਼ਾਂ ਦਾ ਸਮਰਥਨ ਨਾ ਕਰ ਸકી ਇਸ ਕਰਕੇ ਸਬੂਤਾਂ ਦੀ ਘਾਟ ਦੇ ਕਾਰਨ ਸਿੱਖੋਂ ਦੀਆਂ ਇਹ ਸ਼ਿਕਾਇਤਾਂ ਇਹ ਖਾਰਜ ਕਰ ਦਿੱਤੀਆਂ ਗਈਆਂ ਨੇ ਤੇ ਹੁਣ ਗੱਲ ਕਰਦੇ ਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੀ ਇੱਕ ਵੱਡਾ ਫੈਸਲਾ ਹੈ ਅਸਲ ਦੇ ਵਿੱਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਕੋਵਿਡ ਦੇ ਦੌਰਾਨ ਉਲੰਘਣਾ ਦੇ ਸਬੰਧ ਵਿੱਚ ਹਜ਼ਾਰਾਂ ਹੀ ਮੁਕੱਦਮੇ ਦਰਜ ਕੀਤੇ ਗਏ ਸੀ ਅਤੇ ਉਹ ਸਾਰੇ ਕੇਸ ਹੁਣ ਰੱਦ ਕਰ ਦਿੱਤੇ ਜਾਣਗੇ ਇਹ ਹੁਕਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਗਏ ਨੇ ਇਹ ਮਾਮਲਾ ਆਈਪੀਐਸ ਦੀ ਧਾਰਾ 188 ਦੇ ਤਹਿਤ ਦਰਜ ਕੀਤਾ ਗਿਆ ਸੀ ਤਿੰਨੋਂ ਥਾਵਾਂ ਤੇ ਕਰੋਨਾ ਉਲੰਘਣਾ ਦੇ ਕਾਰਨ ਹਜ਼ਾਰਾਂ ਤੋਂ ਵੱਧ ਮਾਮਲੇ ਦਰਜ ਹੋਏ ਸੀ ਕੋਵਿਡ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਪੰਜਾਬ ਚ 5792 ਹਰਿਆਣਾ ਸ 4494 ਅਤੇ ਚੰਡੀਗੜ੍ਹ ਦੇ ਵਿੱਚ 114 ਕੇਸ ਪੈਂਡਿੰਗ ਪਏ ਸੀ ਵਿਚਾਰ ਅਧੀਨ ਸਨ ਇਸ ਮਾਮਲੇ ਦੀ ਫਰਵਰੀ ਮਹੀਨੇ ਵਿੱਚ ਸੁਣਵਾਈ ਕਰਦੇ ਆਂ ਅਦਾਲਤ ਨੇ ਹਰਿਆਣਾ ਪੰਜਾਬ ਅਤੇ ਚੰਡੀਗੜ੍ਹ ਦੀਆਂ ਅਦਾਲਤਾਂ 'ਚ ਚੱਲ ਰਹੇ ਮੁਕੱਦਮਿਆਂ ਤੇ ਰੋਕ ਲਾ ਦਿੱਤੀ ਸੀ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਲਗਭਗ 18000 ਕੇਸ ਤਰਜ ਕੀਤੇ ਗਏ ਸੀ ਇਹਨਾਂ ਵਿੱਚੋਂ 5792 ਕੇਸ ਪੈਂਡਿੰਗ ਸਨ ਅਤੇ ਲਗਭਗ 12000 ਕੇਸਾਂ ਦਾ ਨਿਪਟਾਰਾ ਹੋ ਚੁੱਕਿਆ ਹੈ ਹਰਿਆਣਾ ਸਰਕਾਰ ਨੇ ਜਾਣਕਾਰੀ ਦਿੱਤੀ ਸੀ ਕਿ ਹਰਿਆਣੇ 'ਚ ਲਗਭਗ 9000 ਕੇਸ ਤਰਜ ਕੀਤੇ ਗਏ ਸੀ ਇਹਨਾਂ ਵਿੱਚੋਂ 4494 ਹਾਲੇ ਪੈਂਡਿੰਗ ਸਨ ਚੰਡੀਗੜ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਕੁੱਲ 1142 ਕੇਸ ਤਰਜ਼ ਕੀਤੇ ਗਏ ਸੀ ਇਹਨਾਂ ਵਿੱਚੋਂ 114 ਹਾਲੇ ਪੈਂਡਿੰਗ ਸਨ ਇਹਨਾਂ ਵੇਰਵਿਆਂ ਨੂੰ ਦੇਖਣ ਤੋਂ ਬਾਅਦ ਹਾਈ ਕੋਰਟ ਨੇ ਕਿਹਾ ਕਿ ਕੋਵਿਡ ਦੇ ਦੌਰਾਨ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਲੋਕਾਂ ਨੂੰ ਬਚਾਉਣ ਲਈ ਨਿਯਮ ਸਖਤੀ ਨਾਲ ਲਾਗੂ ਕੀਤੇ ਗਏ ਆਮ ਤੌਰ ਤੇ ਲੋਕ ਇਕੱਠੇ ਹੋ ਕੇ ਹੁਕਮਾਂ ਦੀ ਪਾਲਣਾ ਵੀ ਕਰਦੇ ਸੀ ਪਰ ਅਜਿਹੇ ਅਣਕਿਆਸੀ ਹਾਲਾਤ ਬਣ ਸਕਦੇ ਸਨ ਜਿਸ ਕਰਕੇ ਉਹਨਾਂ ਨੂੰ ਆਪਣੀਆਂ ਜ਼ਰੂਰਤਾਂ ਭੋਜਨ ਦਵਾਈਆਂ ਲੈਣ ਵਾਸਤੇ ਇਹਨਾਂ ਦੀ ਪੂਰਤੀ ਵਾਸਤੇ ਕਈ ਵਾਰੀ ਹੁਕਮਾਂ ਦੀ ਉਲੰਘਣਾ ਕਰਕੇ ਘਰ ਤੋਂ ਬਾਹਰ ਜਾਣ ਵਾਸਤੇ ਮਜਬੂਰ ਹੋਣਾ ਪੈਂਦਾ ਸੀ ਇਸ ਕਰਕੇ ਇਹ ਸਾਰੇ ਕੇਸ ਹੁਣ ਰੱਦ ਕਰ ਦਿੱਤੇ ਜਾਣਗੇ ਤੇ ਹੁਣ ਗੱਲ ਕਰਦੇ ਹਾਂ ਕਿ ਅਕਾਲੀ ਸਿਆਸਤ ਵਿੱਚ ਨਿਤ ਨਵੀਆਂ ਖਬਰਾਂ ਨੇ ਇੱਕ ਦੂਸਰੇ ਦੇ ਉੱਤੇ ਨਿਤ ਪ੍ਰਤੀ ਦਿਨ ਦੋਸ਼ ਲੱਗਦੇ ਨੇ ਕੋਈ ਨਵਾਂ ਹੱਲਾ ਬੋਲਿਆ ਜਾਂਦਾ ਹੁਣ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਉਹਦੇ ਮੈਂਬਰ 77 ਅਤੇ ਮੁੱਖ ਬੁਲਾਰੇ ਜਿਹੜੇ ਕਿ ਕਿਸੇ ਵਕਤ ਸੁਖਵੀਰ ਬਾਦਲ ਦੀ ਖੱਬੀ ਸੱਜੀ ਬਾਹ ਮੰਨੇ ਜਾਂਦੇ ਸਲਾਹਕਾਰ ਸਨ ਚਰਨਦੀਪ ਸਿੰਘ ਬਰਾੜ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 103 ਸਾਲ ਦੇ ਇਤਿਹਾਸ ਵਿੱਚ ਇਹ ਆਖਿਆ ਕਿ ਜੇਕਰ ਸਭ ਤੋਂ ਕਮਜ਼ੋਰ ਕੋਈ ਪ੍ਰਧਾਨ ਸਾਹਿਬਤ ਹੋਇਆ ਹੈ ਤਾਂ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੈ ਦਫ਼ਤਰਾਂ ਦੇ ਵਿੱਚ ਕ腐ਸ਼ਨ ਦਾ ਵੀ ਬੋਲਵਾਲਾ ਵਧਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਹੁਤ ਸਾਰੇ ਹੁਕਮਨਾਮੇ ਆ ਉਹਨਾਂ ਨੂੰ ਵੀ ਲਾਗੂ ਕਰਵਾ ਸਕੇ ਇਹ ਵੱਡੀ ਅਵਗਿਆ ਕਰਦੇ ਨਾਲ ਨਾਲ ਉਹਨਾਂ ਦੀ ਵੱਡੀ ਕਮਜ਼ੋਰੀ ਹੈ ਮੌਜੂਦਾ ਹਾਲਾਤਾਂ ਤੇ ਉਹ ਕਹਿੰਦੇ ਜੇਕਰ ਨਜ਼ਰ ਮਾਰੀਏ ਤਾਂ ਪਿਛਲੀ 11 ਤਰੀਕ ਨੂੰ ਜਦੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਵਿਰਸਾ ਸਿੰਘ ਵਲਟੋਹਾ ਮਿਲਦੇ ਐ ਉਦੋਂ ਤੋਂ ਅਗਲੇ ਦਿਨ 12 ਤਰੀਕ ਨੂੰ ਪਹਿਲੀ ਪੋਸਟ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਆਰਐਸਐਸ ਅਤੇ ਬੀਜੇਪੀ ਦੇ ਏਜੰਟਾਂ ਦੇ ਸਬੰਧ ਚ ਪਾ ਦਿੰਦੇ ਐ ਪਰ ਧਾਮੀ ਸਾਹਿਬ ਕਹਿੰਦੇ ਚੁੱਪ ਰਹਿੰਦੇ ਐ 13 ਤਾਰੀਖ ਨੂੰ ਫਿਰ ਦੁਬਾਰਾ ਉਹ ਪੋਸਟ ਪਾਉਂਦੇ ਆ ਅਤੇ ਕਈ ਚੈਨਲਾਂ ਨੂੰ ਇੰਟਰਵਿਊ ਦਿੰਦਾ ਹੈ ਤਕਰਾਰ ਵਧਣਾ ਲੱਗਦਾ ਹੈ ਉਸ ਦਿਨ ਕੋਰ ਕਮੇਟੀ ਦੇ ਵਿੱਚ ਵੀ ਵਿਰਸਾ ਸਿੰਘ ਬਲਟੋਹਾ ਨੂੰ ਕਿਸੇ ਗੱਲ ਤੋਂ ਰੋਕਣ ਦੀ بجائے ਹੱਲਾਸ਼ੇਰੀ ਦਿੱਤੀ ਗਈ 15 ਤਾਰੀਖ ਤੱਕ ਉਹ ਲਗਾਤਾਰ ਬੋਲਦਾ ਰਿਹਾ ਪਰ 11 ਤੋਂ ਲਾ ਕੇ 15 ਤਾਰੀਖ ਤੱਕ ਇੱਕ ਵੀ ਸ਼ਬਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨੂੰ ਰੋਕਣ ਵਾਸਤੇ ਨਹੀਂ ਬੋਲਿਆ 15 ਤਾਰੀਖ ਨੂੰ ਸਜ਼ਾ ਮਿਲਣ ਤੋਂ ਬਾਅਦ 16 ਤਰੀਕ ਨੂੰ ਫਿਰ ਉਹ ਲਗਾਤਾਰ ਜਥੇਦਾਰ ਸਹਿਬਾਨਾਂ ਦੇ ਖਿਲਾਫ ਬੋਲਦਾ ਰਿਹਾ ਪਰ ਧਾਮੀ ਸਾਹਿਬ ਨੇ ਉਹਨੂੰ ਫਿਰ ਨਹੀਂ ਰੋਕਿਆ 17 ਤਰੀਕ ਨੂੰ ਜਦ 5 ਵਜੇ ਉਹਨਾਂ ਦੇ ਦਸਣ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਸਤੀਫਾ ਭੇਜਿਆ ਜਾਂਦਾ ਹੈ ਉਹਦੇ ਤੋਂ ਬਾਅਦ ਵੀ ਉਹਨਾਂ ਮੂੰਹ ਨਹੀਂ ਖੋਲਿਆ ਸਾਢੇ 7 ਵਜੇ ਜਦੋਂ ਗਿਆਨੀ ਰਗਵੀਰ ਸਿੰਘ ਜੀ ਵੀ ਆਪਣਾ ਆਦੇਸ਼ ਸੁਣਾ ਦਿੰਦੇ ਨੇ ਕਿ ਅਸਤੀਫਾ ਰੱਦ ਕੀਤਾ ਜਾਵੇ ਅਤੇ ਨਾਲ ਉਹ ਵੀ ਜ਼ਿਕਰ ਕਰਦਿਆ ਕਿ ਮੇਰੇ ਬੱਚਿਆਂ ਤੱਕ ਦੀ ਰੇਖੀ ਕੀਤੀ ਜਾ ਰਹੀ ਹੈ ਉਹਦੇ ਤੋਂ ਬਾਅਦ ਵੀ ਕਹਿੰਦੇ ਧਾਮੀ ਇੱਕ ਸ਼ਬਦ ਨਹੀਂ ਬੋਲਿਆ ਫਿਰ ਸੁਧਾਰ ਲਹਿਰ ਦੇ ਵੱਲੋਂ ਸਵਾਲ ਖੜਾ ਕੀਤਾ ਗਿਆ ਕਿ ਜੇਕਰ ਧਾਮੀ ਸਾਹਿਬ ਆਪਣੇ ਜਥੇਦਾਰ ਸਹਿਬਾਨਾਂ ਦੇ ਹੱਕ ਵਿੱਚ ਨਹੀਂ ਭੁਗਤ ਸਕਦੇ ਤਾਂ ਕੌਮ ਦੀ ਰਾਖੀ ਕੀ ਸੁਹਾ ਕਰਨਗੇ ਫਿਰ ਰਾਤ ਨੂੰ ਪੌਣੇ 10 ਵਜੇ ਬਿਨਾ ਦਸਤਾਰ ਸਜਾਏ ਕੁਝ ਸੈਕਨਾਂ ਵਾਲੀ ਬੋਲਦੇ ਆ ਜਿਸ ਵਿੱਚ ਜਥੇਦਾਰ ਸਹਿਬਾਨਾਂ ਨੂੰ ਤਾਂ ਉਹ ਪਾਠ ਪੜਾਉਂਦੇ ਨਜ਼ਰ ਆਉਂਦੇ ਆ ਨਾ ਕਿ ਵਿਰਸਾ ਸਿੰਘ ਬਟੂਹਣ ਜਾਂ ਸ਼ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਦੇ ਖਿਲਾਫ ਉਹ ਇੱਕ ਵੀ ਸ਼ਬਦ ਨਹੀਂ ਬੋਲਦੇ ਬਣਦਾ ਇਹ ਸੀ ਕਿ ਐਫ ਆਈ ਆਰ ਦਰਜ ਕਰਵਾਉਂਦੇ ਜਿਨ੍ਹਾਂ ਨੇ ਜਥੇਦਾਰ ਸਾਹਿਬ ਦੇ ਬਾਰੇ ਜਾਤੀ ਸੂਚਕ ਸ਼ਬਦ ਬੋਲੇ ਹੈ ਜਾਂ ਕਰਦਾਰ ਕੁਸ਼ੀ ਕੀਤੀ ਉਹਨਾਂ ਐਫ ਆਈ ਆਰ ਨਾ ਕਰਵਾ ਕੇ ਕਸੂਰਵਾਰਾਂ ਦੇ ਵਿੱਚ ਹੱਕ ਅਖੜਨ ਦਾ ਫੈਸਲਾ ਕੀਤਾ ਹੈ ਇੱਥੇ ਹੀ ਉਹ ਕਹਿੰਦੇ ਬਸ ਨਹੀਂ ਇੱਥੇ ਹੀ ਬਸ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਤਾਂ ਇਹ ਹੁੰਦਾ ਹੈ ਕਿ ਜੋ ਵੀ ਆਦੇਸ਼ ਆਵੇ ਜਾਂ ਹੁਕਮਨਾਮਾ ਆਵੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨੂੰ ਲਾਗੂ ਕਰਵਾਇਆ ਜਾਵੇ ਇਹ ਜ਼ਿੰਮੇਵਾਰੀ ਪ੍ਰਧਾਨ ਦੀ ਹੁੰਦੀ ਹੈ ਔਰ ਐਡਵੋਕੇਟ ਧਾਮੀ ਨੇ ਬਹੁਤ ਸਾਰੇ ਐਸੇ ਹੁਕਮਨਾਮੇ ਆਂ ਜਿਨ੍ਹਾਂ ਦੀ ਪੂਰਤੀ ਨਹੀਂ ਕਰਵਾਈ ਉਹ ਕਹਿੰਦੇ ਮੈਂ ਕੁਝ ਉਹਨਾਂ ਦੇ ਵਿੱਚੋਂ ਜੇ ਤੁਹਾਡੇ ਸਾਹਮਣੇ ਰੱਖਾਂ ਤਾਂ ਸਭ ਤੋਂ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਇਸ਼ਤਿਹਾਰਾਂ ਦੇ ਸਬੰਧ ਵਿੱਚ ਜਵਾਬ ਤਲਬੀ ਕੀਤੀ ਗਈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਾਂ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੁੰਮਰਾ ਕੀਤਾ ਤਾਂ ਇੱਕ ਅਧਿਕਾਰੀ ਪੱਧਰ ਤੇ ਹੀ ਜਵਾਬ ਦਿੱਤਾ ਗਿਆ ਨਾ ਕਿ ਖੁਦ ਉੱਥੇ ਜਵਾਬ ਦਿੱਤਾ ਗਿਆ। ਹਾਲਾਂਕਿ ਖੁਦ ਸੁਖਵੀਰ ਸਿੰਘ ਬਾਦਲ ਨਾਲ ਉਹ ਮੌਜੂਦ ਸੀ। ਦੂਸਰਾ ਕਹਿੰਦੇ ਬੰਦੀ ਸਿੰਘਾਂ ਦੇ ਸਬੰਧ ਚ ਇੱਕ ਬਹੁਤ ਵੱਡਾ ਆਦੇਸ਼ ਸੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਦਿੱਤਾ ਗਿਆ ਉਹ ਤੋਂ ਬਾਅਦ 24 ਲੱਖ ਫਾਰਮ ਵੀ ਭਰੇ ਗਏ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਬਹੁਤ ਵੱਡਾ ਪ੍ਰੋਗਰਾਮ ਰੋਸ ਮਾਰਤਾ ਦਿੱਲੀ ਦੇ ਵਿੱਚ ਉਲਕਿਆ ਵੀ ਗਿਆ ਉਹ ਵੀ ਕਹਿੰਦੇ ਕਿਸ ਦੇ ਕਹਿੇ ਤੋਂ ਧਾਮੀ ਸਾਹਿਬ ਨੇ ਅਤੇ ਆਪਣੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਸਾਹਿਬ ਕਿ ਇਹਨਾਂ ਨੇ ਆਪਸ ਦੇ ਵਿੱਚ ਹੀ ਸਮਝੌਤਾ ਕਰਕੇ ਉਹ ਪ੍ਰੋਗਰਾਮ ਰੱਦ ਕਰ ਦਿੱਤਾ ਕਿ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਪੂਰਤੀ ਕੀਤੀ ਜਾ ਨਹੀਂ ਇਹ ਬਹੁਤ ਵੱਡਾ ਸਵਾਲ ਹੈ ਫਿਰ ਉਹ ਕਹਿੰਦੇ ਸੁਖਬੀਰ ਬਾਦਲ ਤਨਖਾਹਾਂ ਈਕਰਾਰ ਦੇ ਦਿੱਤੇ ਗਏ ਐਸਜੀਪੀਸੀ ਮੈਂਬਰਾਂ ਨੂੰ ਫੇਰ ਮਿਲ ਰਹੇ ਨੇ ਪਬਲਿਕ ਨੂੰ ਮਿਲ ਰਹੇ ਨੇ ਖਬਰਾਂ ਤੱਕ ਕਹਿੰਦੇ ਇਹ ਵੀ ਹੈ ਕਿ ਖੁਦ ਪ੍ਰਧਾਨ ਸਾਹਿਬ ਵੀ ਉਹਨਾਂ ਨੂੰ ਮਿਲਿਆ ਕਿ ਇਹ ਹੁਕਮਨਾਮੇ ਦੀ ਉਲੰਘਣਾ ਨਹੀਂ ਕਿਉਂ ਇਹਦੇ ਉੱਤੇ ਫਿਰ ਚੁੱਪ ਵੱਟੀ ਹੋਈ ਹੈ ਇਸੇ ਤਰ੍ਹਾਂ ਕਹਿੰਦੇ ਕੁਝ ਸਮਾਂ ਪਹਿਲਾਂ ਪੀਟੀਸੀ ਦੀ ਥਾਂ ਤੇ ਐਸਜੀਪੀਸ ਨੂੰ ਆਪਣਾ ਚੈਨਲ ਬਣਾਉਣ ਦੇ ਹੁਕਮ ਦਿੱਤੇ ਗਏ ਚੈਨਲ ਸਿਰਫ YouTube ਬਣਾ ਲਿਆ ਗਿਆ ਦੂਸਰਾ ਚੈਨਲ ਨਾ ਬਣਾ ਕੇ ਪੀਟੀਸੀ ਦੇ ਨਾਲ ਹੀ ਅੱਗੇ ਨੂੰ 3 ਸਾਲ ਵਾਸਤੇ ਐਗਰੀਮੈਂਟ ਬਣਾ ਦਿੱਤਾ ਗਿਆ। ਕੀ ਇਹ ਉਲੰਘਣਾ ਨਹੀਂ? 15 ਅਕਤੂਬਰ ਨੂੰ ਪੰਜੇ ਸਿੰਘ ਸਹਿਬਾਨ ਇਕੱਤਰਤਾ ਕਰਦੇ ਆ ਤੇ ਹੁਕਮ ਕੀਤਾ ਕਿ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵਿਰਸਾ ਸਿੰਘ ਬਲਟੋਹਾ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਪਾਰਟੀ ਵਿੱਚੋਂ ਬਰਖਾਸਤ ਕਰਨ ਅਤੇ ਪਾਰਟੀ ਦੇ ਵਿੱਚੋਂ 10 ਸਾਲਾਂ ਦੇ ਵਾਸਤੇ ਉਹਨੂੰ ਬੈਨ ਕੀਤਾ ਜਾਵੇ। ਇਹ ਵੀ ਪੂਰਾ ਨਹੀਂ ਕੀਤਾ। ਕਹਿੰਦੇ 328 ਰੂਪਾਂ ਦੇ ਸਬੰਧ ਵਿੱਚ ਕਮੇਟੀ ਬਣੀ। ਕਮੇਟੀ ਦੀ ਰਿਪੋਰਟ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖਸਬ ਨੇ ਆਦੇਸ਼ ਦਿੱਤੇ ਸੀ ਕਿ ਜਿਹੜਾ ਸੀਏ ਕੋਹਲੀ ਐ ਉਹ ਤੋਂ 9 ਕਰੋੜ ਰੁਪਏ ਰਿਕਵਰ ਕੀਤੇ ਜਾਣ ਉਹ ਵੀ ਰਿਕਵਰ ਨਹੀਂ ਕੀਤੇ ਇਸ ਕਰਕੇ ਕਹਿੰਦੇ ਅੱਜ ਤੱਕ ਬਹੁਤ ਸਾਰੇ ਇਸ ਤਰ੍ਹਾਂ ਦੇ ਹੁਕਮਨਾਮੇ ਐ ਜਿਨ੍ਹਾਂ ਦੀ ਪਾਲਣਾ ਮੌਜੂਦਾ ਪ੍ਰਧਾਨ ਨੇ ਨਹੀਂ ਕਰਵਾਈ ਇਹ ਬਹੁਤ ਵੱਡੀ ਕਮਜ਼ੋਰੀ ਸਾਬਤ ਕਰਦਾ ਹੈ ਸ਼੍ਰੀ ਅਕਾਲ ਤਖਸਬ ਦੇ ਹੁਕਮਾਂ ਦੀ ਇਹ ਸਰਾਸਰ ਉਲੰਘਣਾ ਹੈ ਇਸ ਕਰਕੇ ਕਹਿੰਦੇ ਅੱਜ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਕਮਜ਼ੋਰ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਤੋਂ ਹੋਏ ਨੇ ਜਿਨ੍ਹਾਂ ਨੇ ਜਥੇਦਾਰ ਸਹਿਬਾਨ ਦੇ ਨਾਲ ਖੜਨ ਦੀ ਬਜਾਏ ਉਹਨਾਂ ਦੇ ਖਿਲਾਫ ਚਿਰਨ ਵਾਲੇ ਲੋਕਾਂ ਨਾਲ ਖੜ ਕੇ ਬਹੁਤ ਵੱਡੀ ਇਹ ਉਲੰਘਣਾ ਕੀਤੀ ਹੈ ਇਸੇ ਕਰਕੇ ਕਹਿੰਦੇ ਅਸੀਂ 28 ਸਤੰਬਰ ਨੂੰ ਜਿਹੜੀ 2024 ਦੀ ਅੰਤਰੀ ਕਮੇਟੀ ਦੇ ਵਿੱਚ ਇੱਕ ਮਤਾ ਵੀ ਲਿਆਂਦਾ ਸੀ ਉਸ ਮਤੇ ਦੇ ਵਿੱਚ ਇਹ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਬਾਕੀ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਉਨ੍ਹਾਂ ਦੀ ਸੇਵਾ ਉੱਪਰ ਕਿਵੇਂ ਬਿਠਾਇਆ ਜਾਵੇ ਅਤੇ ਉਹ ਇੱਕ ਵਿਧੀ ਵਿਧਾਨ ਹੋਣਾ ਚਾਹੀਦਾ ਹੈ ਸੇਵਾ ਮੁਕਤੀ ਕਿਵੇਂ ਕੀਤੀ ਜਾਵੇ ਉਹ ਇੱਕ ਵਿਧੀ ਵਿਧਾਨ ਹੋਣਾ ਚਾਹੀਦਾ ਹੈ ਉਹ ਕਹਿੰਦੇ ਅੱਜ ਵੀ ਮੈਂ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਅੱਜ ਸਿਆਸਤ શ્રી ਅਕਾਲ ਤਖਤ ਸਾਹਿਬ ਤੇ ਜਿਹੜੀ ਭਾਰੂ ਹੋ ਚੁੱਕੀ ਹੈ ਉਹਨੂੰ ਆਜ਼ਾਦ ਕਰਵਾਉਣ ਦੇ ਵਾਸਤੇ ਇਸ ਸਮਤੇ ਦੀ ਹਮਾਇਤ ਕਰਨ ਅਤੇ ਵੋਟ ਬੀਬੀ ਜਗੀਰ ਕੌਰ ਨੂੰ ਪਾਉਣ ਤਾਂ ਕਿ ਪਹਿਲੀ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕੀਤਾ ਜਾ ਸਕੇ ਦੂਸਰਾ ਜੋ ਅਸੀਂ ਕਦੇ ਸੁਧਾਰ ਵੱਲ ਤੁਰੇ ਆ ਪਿਛਲੇ ਸਮੇਂ ਦੇ ਦੌਰਾਨ ਜੋ ਵੀ ਆਦਮੀਆਂ ਹੋਈਆਂ ਭਾਵੇਂ ਧਰਮ ਤਬਦੀਲੀ ਹੋਵੇ ਨਸ਼ਿਆਂ ਦੇ ਵਾਧੇ ਦਾ ਦੌਰ ਹੋਵੇ ਇਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਇੱਕ ਸਭ ਤੋਂ ਵੱਡਾ ਕਾਰਨ ਹੈ ਕਿ ਧਰਮ ਪ੍ਰਚਾਰ ਦੀ ਕਮੀ ਹਰ ਪਿੰਡ ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਗੁਰਦੁਆਰੇ ਆ ਪਰ ਬਹੁਤੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਕੰਮ ਕਰਨ ਵਾਲੇ ਗ੍ਰੰਥੀ ਸਿੰਘਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਉਹ ਕਦੇ ਮੈਂ ਕਹਿ ਸਕਦਾ ਕਿ ਸਰਕਾਰ ਵੱਲੋਂ ਘੱਟੋ ਘੱਟ ਜੋ ਉਜਰਤ ਜਾਂ ਦਿਹਾੜੀ ਤੈਅ ਕੀਤੀ ਗਈ ਹੈ ਉਹ 390 ਜਾਂ 395 ਰੁਪਏ ਆ ਉਹ ਵੀ ਇਹਨਾਂ ਨੂੰ ਮਿਲਦੀ ਨਹੀਂ ਗ੍ਰੰਥੀ ਸਿੰਘਾਂ ਨੂੰ ਕਹਿੰਦੇ ਗ੍ਰੰਥੀ ਸਿੰਘ ਸਵੇਰੇ ਤੇ ਸ਼ਾਮ ਪਾਠ ਕਰਦੇ ਆ ਇਹਦੇ ਤੋਂ ਇਲਾਵਾ ਕੋਈ ਨਾ ਕੋਈ ਕੰਮ ਕਰਨ ਜਾਂ ਦਿਹਾੜੀ ਕਰਨ ਵਾਸਤੇ ਜਾਂ ਹੋਰ ਕਿੱਤਾ ਕਰਨ ਵਾਸਤੇ ਉਹ ਆਪਣੇ ਬੱਚਿਆਂ ਤੋਂ ਦੂਰ ਘਰ ਤੋਂ ਦੂਰ ਰੋਜ਼ੀ-ਰੋਟੀ ਕਮਾਉਣ ਵਾਸਤੇ ਨਿਕਲਦੇ ਨੇ ਪਰ ਜੇ ਉਹਨਾਂ ਨੂੰ ਤਨਖਾਹ ਪੂਰੀ ਮਿਲਦੀ ਹੋਵੇ ਉਹ ਸਾਰਾ ਦਿਨ ਪਿੰਡ ਦੇ ਵਿੱਚ ਪ੍ਰਚਾਰ ਕਰ ਸਕਦੇ ਆ ਬਾਣੀ ਦਾ ਪ੍ਰਸਾਰ ਕਰ ਸਕਦੇ ਆ ਜਿਸ ਨਾਲ ਗੁਰੂ ਦੇ ਸ਼ਬਦ ਦਾ ਪ੍ਰਚਾਰ ਹੋਏਗਾ ਫਿਰ ਕਦੇ ਧਰਮ ਦੇ ਵਿੱਚ ਤਬਦੀਲੀ ਵੀ ਨਹੀਂ ਹੋਣੀ ਨਸ਼ਿਆਂ ਦਾ ਪ੍ਰਕੋਪ ਵੀ ਘਟ ਸਕਦਾ ਹੈ ਇਸ ਕਰਕੇ ਸਭ ਤੋਂ ਜ਼ਰੂਰੀ ਹੈ ਕਿ ਸਾਡੇ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਹਿਬਾਨ ਕਥਾਵਾਚਕ ਢਾਡੀ ਕੀਰਤਨੀਏ ਸਿੰਘ ਜਾਂ ਸੇਵਾਦਾਰ ਜਿੰਨੇ ਵੀ ਹੈ ਉਹਨਾਂ ਦੇ ਲਈ ਇੱਕ ਗ੍ਰੰਥੀ ਸਰਵੇ ਫਾਰਮ ਜੋ ਗ੍ਰੰਥੀ ਸਹਾਇਤਾ ਸਰਵੇ ਫਾਰਮਸੀ ਜਾਰੀ ਕੀਤਾ ਹੈ ਹਰ ਪਿੰਡ ਦੇ ਹਰ ਨੌਜਵਾਨ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਆਪਣੇ ਪਿੰਡ ਦੇ ਗ੍ਰੰਥੀ ਸਿੰਘ ਦਾ ਆਨਲਾਈਨ ਜਿਹੜਾ ਫਾਰਮ ਹੈ ਉਹ ਹੈ granthisingh.com ਤੇ ਜਾ ਕੇ ਕਹਿੰਦੇ ਜਰੂਰ ਭਰਵਾਉਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਪੰਜਾਬ ਪੱਧਰ ਤੇ ਇੱਕ ਡਾਟਾ ਇਕੱਠਾ ਕਰ ਸਕੀਏ ਅਤੇ ਸਾਡੇ ਕਿੰਨੇ ਗ੍ਰੰਥੀ ਸਹਿਬਾਨਾਂ ਨੂੰ ਤਨਖਾਹ ਪੂਰੀ ਮਿਲਦੀ ਹੈ ਜੇ ਕਿਤੇ ਘੱਟ ਮਿਲਦੀ ਹੈ ਉੱਥੇ ਉਹਨਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਸਾ ਸਿੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਜਿਹੜੀ ਯੋਗ ਤਨਖਾਹ ਹੈ ਉਹ ਮਿਲ ਸਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਡਾਟਾ ਪੇਸ਼ ਕਰਕੇ ਕੋਈ ਆਦੇਸ਼ ਜਾਰੀ ਕਰਨ ਦੀ ਕੋਈ ਬੇਨਤੀ ਕੀਤੀ ਜਾ ਸਕੇ ਅਸੀਂ ਖੁਦ ਕਹਿੰਦੇ ਇਹਦੇ ਵਿੱਚੋਂ ਕੋਈ ਪੈਸਾ ਨਹੀਂ ਇਕੱਠਾ ਕਰਨਾ ਨਾ ਉਹਨਾਂ ਨੇ ਇਹ ਵੀ ਗੱਲ ਸਾਫ਼ ਕਰ ਦਿੱਤੀ ਹੈ ਕਿ ਅਸੀਂ ਕੋਈ ਅਕਾਊਂਟ ਖਲਵਾਉਣਾ ਹੈ ਇਹ ਡਾਟਾ ਇਕੱਠਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ سپرد ਕਰ ਦਿੱਤਾ ਜਾਏਗਾ ਤੇ ਹੁਣ ਗੱਲ ਕਰਦੇ ਹਾਂ ਲਾਰੈਂਸ ਮਿਸ਼ਨੋਈ ਦੀ ਇੱਕ ਪਾਸੇ ਉਹਦਾ ਨਾਮ ਇਸ ਤਰੀਕੇ ਨਾਲ ਆ ਕਿ ਕਤਲਗਾਰਤ ਪਿਛਲੇ ਦਿਨੀ ਐਨਸੀਪੀ ਨੇਤਾ ਬਾਬਾ ਸਦੀਕੀ ਦਾ ਕਤਲ ਤੇ ਉਹਦੇ ਤੋਂ ਬਾਅਦ ਇੱਕ ਵਾਰੀ ਫਿਰ ਗੈਂਗਸਟਰ ਲਾਰੈਂਸ ਮਿਸ਼ਨੋਈ ਚਰਚਾ ਦੇ ਵਿੱਚ ਹੈ ਹਾਲਾਂਕਿ ਮੁੰਬਈ ਪੁਲਿਸ ਦੀ ਜਾਂਚ ਹਾਲੇ ਇਸ ਮਸਲੇ ਤੇ ਕੀਤੀ ਜਾ ਰਹੀ ਹੈ ਕਿ ਕੀ ਉਸ ਕਤਲ ਦੇ ਵਿੱਚ ਲਾਰੈਂਸ ਮਿਸ਼ਨੋਈ ਦਾ ਹੱਥ ਹੈ ਜਾਂ ਨਹੀਂ ਪਰ ਬਾਬਾ ਸਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਲਾਰੈਂਸ ਤੇ ਇੱਕ ਗੁਰਗੇ ਨੇ ਜਰੂਰ ਲਈ ਸੀ ਬਾਬਾ ਸਦੀਕੀ ਦੀ ਮੌਤ ਦਾ ਕਾਰਨ ਸਲਮਾਨ ਖਾਨ ਦੇ ਨਾਲ ਉਹਨਾਂ ਦੀ ਦੋਸਤੀ ਵੀ ਦੱਸਿਆ ਜਾ ਰਿਹਾ ਹਾਲਾਂਕਿ ਸਲਮਾਨ ਖਾਨ ਤੇ ਲਾਰੈਂਸ ਦੀ ਦੁਸ਼ਮਣੀ ਵੀ ਕਿਸ ਤੋਂ ਕੋਈ ਲੁਕੀ ਛਿਪੀ ਨਹੀਂ ਇਹ ਵੀ ਪੁਰਾਣੀ ਦੱਸੀ ਜਾਂਦੀ ਹੈ ਹੁਣ ਮਹਾਰਾਸ਼ਟਰ ਦੇ ਵਿੱਚ ਚੋਣ ਮਾਹੌਲ ਦੇ ਵਿੱਚ ਤੇਜ਼ੀ ਨਾਲ ਇਹ ਸਾਰਾ ਕੁਝ ਸਵਾਲਾਂ ਦੇ ਰੂਪ ਵਿੱਚ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਕੀ ਲਾਰੈਂਸ ਬਿਸ਼ਨੋਈ ਰਾਜਨੀਤੀ ਚਾਊਗਾ ਯੂਬੀ ਵੀਐਸ ਭਾਵ ਉੱਤਰ ਭਾਰਤੀ ਵਿਕਾਸ ਸੇਨਾ ਇੱਕ ਪਾਰਟੀ ਆ ਉਥੋਂ ਦੀ ਇਸ ਪਾਰਟੀ ਨੂੰ ਤਾਂ ਕਮਾਲ ਹੀ ਕਰ ਦਿੱਤੀ ਹੈ ਹੈਰਾਨੀ ਜਨਕ ਕਹਾਣੀ ਹੈ ਕਿ ਪਾਰਟੀ ਦੇ ਨੇਤਾ ਸੁਨੀਲ ਸ਼ੁਕਲਾ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਲਾਰੈਂਸ ਬਿਸ਼ਨੋਈ ਦੇ ਵਿੱਚ ਉਹ ਲਿਖਦੇ ਆ ਕਿ ਸਾਨੂੰ ਤੁਹਾਡੇ ਚੋਂ ਸ਼ਹੀਦ ਭਗਤ ਸਿੰਘ ਨਜ਼ਰ ਆਉਂਦੇ ਆ ਸੁਨੀਲ ਸ਼ਕਲਾ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਦੇ ਚਾਰ ਉਮੀਦਵਾਰਾਂ ਦੇ ਨਾਵਾਂ ਨੂੰ ਫਾਈਨਲ ਕਰ ਲਿਆ ਗਿਆ ਹੈ ਅਤੇ ਉਹ ਲਾਰੈਂਸ ਬਿਸ਼ਨੋਈ ਦੇ ਜਵਾਬ ਦੀ ਉਡੀਕ 'ਚ ਨੇ ਭਾਵ ਉਹ ਚਾਹੁੰਦੇ ਆ ਕਿ ਲਾਰੈਂਸ ਬਿਸ਼ਨੋਈ ਉਹਨਾਂ ਦੀ ਪਾਰਟੀ ਵੱਲੋਂ ਚੋਣ ਲੜਨ ਕਹਿੰਦੇ ਜੇ ਉਹ ਜਵਾਬ ਜਲਦੀ ਦਿੰਦੇ ਆ ਤਾਂ ਅਸੀਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦੇਵਾਂਗੇ ਹੁਣ ਤੁਸੀਂ ਹਿਸਾਬ ਲਾ ਕੇ ਦੇਖੋ ਕਿ ਇਹਨਾਂ ਨੂੰ ਸ਼ਹੀਦ ਭਗਤ ਸਿੰਘ ਨਜ਼ਰ ਕਿੰਨਾ ਵਿੱਚ ਆਉਂਦੇ ਨੇ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਪਰਾਲੀ ਦੀ ਸਿਚੁਏਸ਼ਨ ਬੀਤੇ ਦਿਨੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਹਰਿਆਣਾ ਅਤੇ ਯੂਪੀ ਦੇ ਵਿੱਚ ਸਖਤੀਆਂ ਵਧਾ ਦਿੱਤੀਆਂ ਨੇ ਮੈਂ ਆਖਿਆ ਸੀ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੀ ਤਸਵੀਰ ਇਸ ਤਰ੍ਹਾਂ ਦੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਵੀ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਵਾਸਤੇ ਸਖਤੀ ਹੋਣ ਲੱਗ ਪਈ ਹੈ ਪੁਲਿਸ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ 874 ਕੇਸ ਦਰਜ ਕੀਤੇ ਜਾ ਚੁੱਕੇ ਹੈ ਜਦ ਕੇ 10 ਲੱਖ ਤੇ 55 ਹਜ਼ਾਰ ਪੈਦਾ ਜ਼ੁਰਮਾਨਾ ਵੀ ਵਕ ਵਕ ਥਾਵਾ ਤੇ ਲਾਇਆ ਜਾ ਚੁੱਕਿਆ ਹੈ 394 ਕਿਸਾਨਾਂ ਦੇ ਵਾਲ ਰਿਕਾਰਡ ਦੇ ਵਿੱਚ ਵੀ ਲਾਲ ਐਂਟਰੀਆਂ ਕਰ ਦਿੱਤੀਆਂ ਗਈਆਂ ਨੇ ਇਹ ਜਾਣਕਾਰੀ ਪੰਜਾਬ ਪੁਲਿਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਆਫ ਪੁਲਿਸ ਜਿਹੜੇ ਨੇ ਸਪੈਸ਼ਲ ਡੀਜੀਪੀ ਲਾ ਐਂਡ ਆਰਡਰ ਅਰਪਿਤ ਸ਼ੁਕਲਾ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਦੱਸਣਾ ਬਣਦਾ ਹੈ ਕਿ ਅਸਲ ਦੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਨੂੰ ਪੁੱਛਿਆ ਸੀ ਕਿ ਤੁਸੀਂ ਕਰ ਕੀ ਰਹੇ ਹੋ ਤੁਸੀਂ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰੋ ਰੈੱਡ ਐਂਟਰੀਜ਼ ਪਾਓ ਤੇ ਉਹਨਾਂ ਨੂੰ ਮੋٹے ਜੁਰਮਾਨੇ ਲਾਓ ਲੱਗਦਾ ਕਿ ਸੁਪਰੀਮ ਕੋਰਟ ਦੀ ਸ਼ਕਤੀ ਤੋਂ ਬਾਅਦ ਸਰਕਾਰਾਂ ਨੂੰ ਇਹ ਅੱਕ ਚੱਬਣੇ ਪੈ ਰਹੇ ਨੇ ਅਰਪਿਤ ਸ਼ੋਕਲਾ ਨੇ ਦੱਸਿਆ ਕਿ ਉਹਨਾਂ ਵੱਲੋਂ ਸਿਰਫ ਲੋਕਾਂ ਦੇ ਖਿਲਾਫ ਕਾਰਵਾਈ ਹੀ ਨਹੀਂ ਕੀਤੀ ਜਾ ਰਹੀ ਸਗੋਂ ਉਹਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਅਰਪਿਤ ਸ਼ੋਕਲਾ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਡੀਸੀ ਡਿਪਟੀ ਕਮਿਸ਼ਨਰ ਅਤੇ ਪੁਲਿਸ ਮੁਖੀ ਭਾਵ ਐਸ ਐਸ ਪੀ ਜਿਹੜੇ ਜ਼ਿਲ੍ਹਾ ਪੁਲਿਸ ਮੁਖੀ ਨੇ ਓਹਲਾ ਵੱਲੋਂ ਪੰਜਾਬ ਦੇ ਵਿੱਚ 522 ਸਾਂਝੇ ਦੌਰੇ ਕੀਤੇ ਗਏ ਆ ਐਸ ਡੀ ਐਮ ਅਤੇ ਡੀ ਐਸ ਪੀਜ਼ ਦੇ ਵੱਲੋਂ ਵੀ 981 ਸਾਂਝੇ ਦੌਰੇ ਕੀਤੇ ਗਏ ਆ ਇਸ ਸਮੇਂ ਦੇ ਦੌਰਾਨ ਉਹਨਾਂ 2504 ਜਨ ਜਾਗਰੂਕ ਮੀਟਿੰਗਾਂ ਉਹ ਵੀ ਕੀਤੀਆਂ ਨੇ ਜਦਕਿ ਕਿਸਾਨਾਂ ਅਤੇ ਕਿਸਾਨ ਯੂਨੀਅਨਾਂ ਦੇ ਨਾਲ ਵੀ 2457 ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਨੇ ਵਿਸ਼ੇਸ਼ ਡੀ ਜੀ ਪੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪਰਾਲੀ ਸਾੜਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਭਰ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਸੈਟੇਲਾਈਟ ਦੇ ਰਾਹੀਂ 1393 ਖੇਤਾਂ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦਾ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੈ। ਪੁਲਿਸ ਟੀਮਾਂ ਨੇ 874 ਮਾਮਲਿਆਂ ਦੇ ਵਿੱਚ ਐਫ ਆਈ ਆਰ ਵੀ ਦਰਜ ਕਰ ਦਿੱਤੀ ਹੈ। ਜਦੋਂ ਕਿ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ 471 ਥਾਵਾਂ ਤੇ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਹਾਲਾਂਕਿ ਸਬੰਧਤ ਥਾਣਿਆਂ ਦੇ ਵਿੱਚ 471 ਕੇਸਾਂ ਦੀ ਡੀ ਡੀ ਆਰ 394 ਕਿਸਾਨਾਂ ਦੇ ਮਾਲ ਰਿਕਾਰਡ ਦੇ ਵਿੱਚ ਰੈੱਡ ਐਂਟਰੀਜ਼ ਉਹ ਵੀ ਕਰ ਦਿੱਤੀਆਂ ਗਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਖਤੀਆਂ ਹੋਰ ਆ ਸਕਦੀਆਂ ਨੇ ਕਿਉਂਕਿ ਸੁਪਰੀਮ ਕੋਰਟ ਲਗਾਤਾਰ ਪੰਜਾਬ ਉਚਿਤੇ ਤੌਰ ਤੇ ਹਰਿਆਣਾ ਇਹ ਦੋ ਸੂਬਿਆਂ ਨੂੰ ਸਵਾਲ ਕਰ ਰਹੀ ਹੈ ਤੇ ਹੁਣ ਗੱਲ ਕਰਦੇ ਆਂ ਭਿਖਾਰੀਆਂ ਦੀ ਤੁਸੀਂ ਕਿਸੇ ਸ਼ਹਿਰ ਵਿੱਚ ਚਲੇ ਜਾਓ ਕਿਸੇ ਚੁਰਾਸਤੇ ਤੇ ਰੁਕੋ ਕਿਸੇ ਟ੍ਰੈਫਿਕ ਲਾਈਟ ਤੇ ਰੁਕੋ ਤੁਹਾਨੂੰ ਭਿਖਾਰੀ ਬੱਚੇ ਇਹ ਸਭ ਕੁਝ ਨਜ਼ਰ ਆ ਸਕਦਾ ਹੈ ਪਰ ਹੁਣ ਭਿਖਾਰੀਆਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸਖਤ ਹੁਕਮ ਜਾਰੀ ਕੀਤੇ ਗਏ ਐ ਚੰਡੀਗੜ੍ਹ ਨੂੰ ਦਰਅਸਲ ਪ੍ਰਸ਼ਾਸਨ ਚਾਹੁੰਦਾ ਹੈ ਕਿ ਭਿਖਾਰੀ ਮੁਕਤ ਬਣਾਇਆ ਜਾਵੇ ਇਸ ਵਾਸਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ 8 ਦਿਨਾਂ ਦੀ ਜਾਗਰੂਕਤਾ ਮੁਹਿੰਮ ਵਿੱਢੀ ਜਾ ਰਹੀ ਹੈ ਜਿਸ ਦਾ ਜਿਹੜਾ ਉਦਘਾਟਨ ਹੈ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਯੂਟੀ ਚੰਡੀਗੜ੍ਹ ਯੂਟੀ ਸਕਤਰੇ ਦੇ ਜਿਹੜੇ ਰਾਜੀਵ ਵਰਮਾ ਨੇ ਉਹਨਾਂ ਦੇ ਵੱਲੋਂ ਕੀਤਾ ਗਿਆ ਵਰਮਾ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਿਹੜੀ ਇਹ ਮੁਹਮਮਾ ਨਾ ਉਹ ਪੂਰੇ ਚੰਡੀਗੜ੍ਹ ਦੇ ਵਿੱਚ ਅਸਲ ਦੇ ਵਿੱਚ ਪਿਖਾਰੀਆਂ ਨੂੰ ਖਤਮ ਕਰਨ ਦੇ ਵਾਸਤੇ ਜਿਹੜੇ ਲੋੜਵੰਦ ਨੇ ਉਹਨਾਂ ਦੀ ਸਹਾਇਤਾ ਵਾਸਤੇ ਇੱਕ ਹੋਰ ਹਮਦਰਦ ਤਰੀਕੇ ਨੂੰ ਉਤਸ਼ਾਹਿਤ ਕਰਨ ਵਾਸਤੇ ਇਹ ਕੇਂਦਰਿਤ ਰਹੇਗੀ ਉਹ ਕਹਿੰਦੇ ਇਹ ਨਹੀਂ ਕਿ ਲੋੜਵੰਦਾਂ ਦੀ ਮਦਦ ਨਾ ਕੀਤੀ ਜਾਵੇ ਪਰ ਜਿਹੜੇ ਲੋਕ ਚੰਗੇ ਭਲੇ ਪਿਖਾਰੀ ਹੈ ਜਾਂ ਜਿਹੜੀ ਬਾਲ ਮਜ਼ਦੂਰੀ ਹੈ ਉਹਨੂੰ ਰੋਕਣਾ ਹੈ ਇਹ ਮੁਹਮਮਦ ਸਮਾਜ ਭਲਾਈ ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਅਤੇ ਪ੍ਰਸ਼ਾਸਨ ਦੇ ਵੱਲੋਂ ਇਕੱਠੇ ਤੌਰ ਤੇ ਸ਼ੁਰੂ ਕੀਤੀ ਗਈ ਹੈ। ਚੰਡੀਗੜ੍ਹ ਪੁਲਿਸ ਵਿਭਾਗ ਮਨੁੱਖੀ ਤਸਕਰੀ ਰੋਕੂ ਯੂਨਿਟ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਵਾਲ ਸੁਰੱਖਿਆ ਯੂਨਿਟ ਦੇ ਸਹਿਯੋਗ ਦੇ ਨਾਲ ਇਹ ਬਚਾਅ ਮੁਹਿੰਮ ਵੀ ਡਿਜਾਈ ਜਾਈਗੀ। ਆਪਕਾਰੀ ਵਿਭਾਗ ਦੇ ਵੱਲੋਂ ਸੜਕਾਂ ਤੇ ਭੀਖ ਮੰਗਣ ਵਾਲੇ ਅਤੇ ਸ਼ੋਸ਼ਣ ਨੂੰ ਰੋਕਣ ਲਈ ਬਾਜ਼ਾਰਾਂ ਚੋਂ ਆਸ-ਪਾਸ ਦੇ ਖੇਤਰਾਂ ਦੇ ਵਿੱਚ ਚੌਕਸੀ ਵਧਾਈ ਜਾਏਗੀ। ਅਸਲ ਦੇ ਵਿੱਚ ਉਹ ਚਾਹੁੰਦੇ ਆ ਕਿ ਕਿਸੇ ਵੀ ਚੌਂਕ ਚੌਰਾਹੇ ਦੇ ਉੱਤੇ ਇਹ ਬਾਲ ਮਜ਼ਦੂਰ ਜਾਂ ਭਿਖਾਰੀ ਨਜ਼ਰ ਨਾ ਆਉਣ। ਸਕੂਲ ਸਿੱਖਿਆ ਵਿਭਾਗ ਬੱਚਿਆਂ ਨੂੰ ਭਿਖਾਰੀਆਂ ਦੇ ਸਮਾਜਿਕ ਪ੍ਰਭਾਵਾਂ ਦੇ ਬਾਰੇ ਜਾਗਰੂਕ ਕਰੇਗਾ ਉਹ ਕਹਿੰਦੇ ਉਹ ਸਕੂਲਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਵਟਣਗੇ ਇਹਦੇ ਤੋਂ ਇਲਾਵਾ ਐਨਐਸਐਸ ਵਲੰਟੀਅਰ ਵੀ ਇਸ ਜਾਗਰੂਕਤਾ ਮੁਹਿੰਮ ਦੇ ਵਿੱਚ ਸ਼ਾਮਲ ਹੋਣਗੇ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਇੱਕ ਖਾਸ ਅਪੀਲ ਵੀ ਕੀਤੀ ਹੈ ਕਿ ਉਹ ਭਿਖਾਰੀਆਂ ਨੂੰ ਸੜਕਾਂ ਦੇ ਉੱਤੇ ਭੀਖ ਨਾ ਦੇਣ ਟ੍ਰੈਫਿਕ ਲਾਈਟਾਂ ਦੇ ਉੱਤੇ ਸਿਗਨਲਾਂ ਦੇ ਉੱਤੇ ਜਿਹੜੇ ਚੌਂਕਾਂ ਦੇ ਉੱਤੇ ਬੱਚੇ ਕੁਝ ਚੀਜ਼ਾਂ ਖੜਕੇ ਵੇਚ ਰਹੇ ਨੇ ਉਹਨਾਂ ਕੋਲੋਂ ਚੀਜ਼ਾਂ ਨਾ ਖਰੀਦਣ ਕਿਉਂਕਿ ਇਹ ਬਾਲ ਤਸਕਰੀ ਇਹ ਬਾਲ ਮਜ਼ਦੂਰੀ ਦੀ ਸਮੱਸਿਆ ਜਿਹੜੀ ਇਹਨੂੰ ਅਸੀਂ ਕਦੇ ਰਲ ਮਿਲ ਕੇ ਰੋਕਣਾ ਚਾਹੁੰਦੇ ਆ ਪਰ ਇਕੱਲਾ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਉਹਨਾਂ ਨਾਗਰਿਕਾਂ ਨੂੰ ਇਹ ਵੀ ਕਿਹਾ ਕਿ ਸਰਦੀਆਂ ਦੀਆਂ ਜ਼ਰੂਰੀ ਚੀਜ਼ਾਂ ਜਿਵੇਂ ਕਿ ਨਵੀਆਂ ਜੁਰਾਬਾਂ ਦਸਤਾਨੇ ਜੁੱਤੀਆਂ ਮਫਲਰ ਸਕਾਰਫ ਸਕੂਲੀ ਸਮਾਨ ਨੂੰ ਮਨੋਨੀਤ ਨੇਕੀ ਕੀ ਦੀਵਾਰ ਉਸ ਥਾਣੇ ਤੇ ਦਾਨ ਕੀਤਾ ਜਾਵੇ ਜੋ ਕਿ 21 ਤਰੀਕ ਤੋਂ ਲੈ ਕੇ 28 ਅਕਤੂਬਰ 2024 ਤੱਕ ਨਾਰੀ ਨਕੇਤਨ ਸੈਕਟਰ 26 올ਡੇਜ ਹੋਮ ਸੈਕਟਰ 15 ਅਤੇ 43 ਅਤੇ ਸੁਨਿਹਾਲਿਆ ਸੈਕਟਰ 39 ਦੇ ਵਿੱਚ ਮੌਜੂਦ ਹੋਣਗੇ ਉਹਨਾਂ ਇਹ ਵੀ ਆਖਿਆ ਕਿ ਮਨੋਨੀਤ ਨੇਕੀ ਦੀ دیوار ਸਥਾਨਾ ਤੇ ਕੀਤਾ ਗਿਆ ਜਿਹੜਾ ਦਾਨ ਹੈ ਉਹ ਲੋੜਵੰਦ ਜੜੀਆਂ ਔਰਤਾਂ ਨੇ ਉਹਨਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਲੋੜਵੰਦ ਨਾਗਰਿਕਾਂ ਨੂੰ ਉਨ੍ਹਾਂ ਦੇ ਜੀਵਨ ਦੇ ਵਿੱਚ ਖੁਸ਼ਹਾਲੀ ਲਿਆਉਣ ਵਾਸਤੇ ਵਰਤਿਆ ਜਾਏਗਾ। ਉਨ੍ਹਾਂ ਨਾਗਰਿਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਸਮਾਜ ਭਲਾਈ ਵਿਭਾਗ ਯੂਟੀ ਚੰਡੀਗੜ੍ਹ ਨੂੰ #ਭਿਖਾਰੀਮੁਕਤਚੰਡੀਗੜ੍ਹ ਦੇ ਨਾਲ ਟੈਗ ਕੀਤਾ ਜਾਵੇ। ਇਸ ਤਰ੍ਹਾਂ ਦੇ ਜਿਹੜੇ ਪਰਉਪਕਾਰੀ ਕੰਮ ਨੇ ਉਹਨਾਂ ਨੂੰ ਕੈਮਰੇ ਦੇ ਵਿੱਚ ਕੈਦ ਕੀਤਾ ਜਾਵੇ ਤੇ ਨਾਲ ਉਹਨਾਂ ਨੂੰ ਟੈਗ ਕਰਕੇ ਇਹ ਉੱਥੇ ਭਾਵੇਂ ਸੈਲਫੀ ਹੋਵੇ, ਸੋਸ਼ਲ ਮੀਡੀਆ ਦੇ ਉੱਤੇ ਜਦੋਂ ਤੁਸੀਂ ਪੋਸਟ ਕਰੋਗੇ ਤਾਂ ਇਹ ਹੈਸ਼ਟੈਗ ਕਰਨਾ ਨਾ ਭੁੱਲਿਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਇਸ ਮਹਿੰਮ ਦੇ ਵਿੱਚ ਚੰਡੀਗੜ੍ਹ ਦੇ ਆਮ ਲੋਕ ਨਾਗਰਿਕ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ ਹੁਣ ਆ ਖਬਰ ਬਹੁਤ ਦਰਦਨਾਕ ਖਬਰ ਹੈ ਇੱਕ ਮਾਂ ਅਤੇ ਉਸਤੇ ਦੋ ਬੱਚਿਆਂ ਦੀ ਮੌਤ ਹੋਈ ਹੈ ਖਬਰ ਯੂਪੀ ਤੋਂ ਮਿਲੀ ਹੈ ਯੂਪੀ ਦੇ ਹਾਪੜ ਜ਼ਿਲ੍ਹੇ ਦੇ ਬਹਾਦਰਗੜ ਥਾਣਾ ਇਲਾਕੇ ਦੇ ਵਿੱਚ ਇੱਕ ਪਿੰਡ ਹੈ ਸਦਰਪੁਰ ਸਦਰਪੁਰ ਦੇ ਵਿੱਚੋਂ ਇਹ ਦਰਦਨਾਕ ਖਬਰ ਮਿਲੀ ਹੈ ਕਿ ਰਾਤ ਦਾ ਸਮਾਂ ਸੀ ਤਕਰੀਬਨ ਅੱਧੀ ਕਰਾਹ ਸੀ ਇੱਕ ਸੱਪ ਘਰ ਦੇ ਵਿੱਚ ਦਾਖਲ ਹੋ ਜਾਂਦਾ ਹੈ ਸੁੱਤੀ ਹੋਈ ਔਰਤ ਅਤੇ ਉਸਤੇ ਦੋ ਬੱਚਿਆਂ ਨੂੰ ਡੰਗ ਮਾਰ ਲੈਂਦਾ ਹੈ ਜਿਸ ਤੇ ਕਾਰਨ ਤਿੰਨਾਂ ਦੀ ਹੀ ਮੌਤ ਹੋ ਗਈ ਹੈ ਐਸ ਡੀ ਐਮ ਸਾਖਸ਼ੀ ਸ਼ਰਮਾ ਨੇ ਇਹਦੀ ਜਾਣਕਾਰੀ ਦੇਂਦਿਆਂ ਦੱਸਿਆ ਕਿ ਔਰਤ ਅਤੇ ਦੋਵੇਂ ਬੱਚਿਆਂ ਨੂੰ ਸੱਪ ਨੇ ਡੰਗਿਆ ਸਰਕਾਰ ਦੇ ਵੱਲੋਂ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਦੇ ਵਾਸਤੇ ਪੱਤਰ ਵੀ ਲਿਖਿਆ ਗਿਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਬਹਾਦਰਗੜ ਇਲਾਕੇ ਦੇ ਪਿੰਡ ਸਾਦਰਪੁਰ ਦੀ ਰਹਿਣ ਵਾਲੀ 29 ਵਰਿਆਂ ਦੀ ਪੂਨਮ ਬੀਤੀ ਰਾਤ ਆਪਣੇ ਦੋ ਬੱਚੇ ਸਾਖਸ਼ੀ ਜਿਸ ਦੀ ਉਮਰ ਸਿਰਫ 11 ਸਾਲ ਅਤੇ ਤਨਿਸ਼ਕ ਜਿਸ ਦੀ ਉਮਰ ਸਿਰਫ 10 ਸਾਲ ਸੀ ਫਰਸ਼ ਦੇ ਉੱਤੇ ਪਾਵ ਜ਼ਮੀਨ ਤੇ ਸੁੱਤੀ ਪਈ ਸੀ ਅੱਧੀ ਰਾਤ ਸੀ ਉਹਨਾਂ ਦੇ ਘਰ ਦੇ ਵਿੱਚ ਸੱਪ ਐਂਟਰ ਹੁੰਦਾ ਹੈ ਦੋਵਾਂ ਬੱਚਿਆਂ ਨੂੰ ਅਤੇ ਉਹਨਾਂ ਦੀ ਮਾਂ ਨੂੰ ਡੰਗ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਪਤਾ ਲੱਗਿਆ ਤਿੰਨਾਂ ਨੂੰ ਤੁਰੰਤ ਹਸਪਤਾਲ ਵੀ ਭਰਤੀ ਕਰਵਾਇਆ ਗਿਆ ਪਰ ਤਿੰਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਤਿੰਨਾਂ ਦੀ ਮੌਤ ਹੋ ਗਈ ਘਟਨਾ ਦੀ ਸੂਚਨਾ ਮਿਲਦੇ ਸਾਮ ਉੱਥੇ ਐਸਟੀਐਮ ਸਾਖਸ਼ੀ ਸ਼ਰਮਾ ਇਹਦੇ ਨਾਲ ਨਾਲ ਸੀਓ ਵਰਨ ਮਿਸ਼ਰਾ ਇਹ ਵੀ ਮੌਕੇ ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜ਼ਾਇਜ਼ਾ ਵੀ ਲਿਆ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਮਦਦ ਦਾ ਇਹਨਾਂ ਦੇ ਵੱਲੋਂ ਭਰੋਸਾ ਵੀ ਦਿੱਤਾ ਗਿਆ ਹੈ। ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਇੱਕੋ ਹੀ ਪਰਿਵਾਰ ਦੇ ਵਿੱਚ ਤਿੰਨ ਮੌਤਾਂ ਹੋਈਆਂ ਨੇ ਤੇ ਹੁਣ ਗੱਲ ਕਰਦਾ ਈਵੀਐਮ ਦੀ। ਈਵੀਐਮ ਦੇ ਨਾਲ ਹੀ ਭਾਰਤ ਵਿੱਚ ਵੀ ਚੋਣਾਂ ਹੁੰਦੀਆਂ ਨੇ ਕਿ ਇਹ ਚਤਾਂਦਲੀ ਹੁੰਦੀ ਹੈ ਕਿ ਨਹੀਂ ਇਹ ਅਕਸਰ ਜ਼ਿਕਰ ਰਹਿੰਦਾ ਹੈ। ਹੁਣ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਅਮਰੀਕੀ ਉਦਯੋਗਪਤੀ ਨੇ ਐਲਨ ਮਸਕਾ ਉਹਨਾਂ ਨੇ ਇੱਕ ਵਾਰ ਫਿਰ ਈਵੀਐਮ ਤੇ ਬਹੁਤ ਸਾਰੇ ਸਵਾਲ ਅਤੇ ਸ਼ੰਕੇ ਖੜੇ ਕਰ ਦਿੱਤੇ ਨੇ ਐਲਨ ਮਸਕ ਨੇ ਕਿਹਾ ਕਿ VOTING ਮਸ਼ੀਨਾਂ ਭਾਵ ਈਵੀਐਮ ਇਹ ਚੋਣਾਂ ਦੇ ਵਿੱਚ ਧਾਂਦਲੀ ਦਾ ਕਾਰਨ ਬਣਦੀਆਂ ਨੇ ਚੋਣਾਂ ਬੈਲਟ ਪੇਪਰ ਦੇ ਰਾਹੀਂ ਹੀ ਕਰਵਾਉਣੀਆਂ ਚਾਹੀਦੀਆਂ ਨੇ ਉਹਨਾਂ ਨੇ ਇਹ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਖੁਦ ਟੈਕਨੋਲੋਜੀ ਨਾਲ ਜੁੜਿਆ ਹੋਇਆ ਹਾਂ ਕਿਉਂਕਿ ਟੈਸਲਾ ਕਾਰ ਉਹੀ ਬਣਾਉਂਦੇ ਐ ਜਿਹੜਾ ਪਹਿਲਾਂ ਟਵਿੱਟਰ ਹੁੰਦਾ ਸੀ ਹੁਣ ਐਕਸ ਹੈ ਉਹਦੇ ਵੀ ਮਾਲਕ ਇਹੋ ਹੀ ਨੇ ਉਹ ਕਹਿੰਦੇ ਇਹੀ ਕਾਰਨ ਹੈ ਕਿ ਮੈਂ ਟੈਕਨੋਲੋਜੀ ਨਾਲ ਜੁੜਿਆ ਹੋਇਆ ਹਾਂ ਮੈਨੂੰ ਪਤਾ ਹੈ ਕਿ ਕੰਪਿਊਟਰ ਪ੍ਰੋਗਰਾਮਾਂ ਤੇ ਜ਼ਿਆਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਇਹ ਹੈ ਕਿ ਕੀਤੇ ਜਾ ਸਕਦੇ ਆ ਉਹ ਵੀ ਆਸਾਨੀ ਨਾਲ ਕੀਤੇ ਜਾ ਸਕਦੇ ਆ ਮਿਲੀ ਜਾਣਕਾਰੀ ਦੇ ਅਨੁਸਾਰ ਉਦਯੋਗਪਤੀ ਐਲਨ ਮਸਕ ਨੇ ਪੈਲਸਨ ਵਿਨੀਆ ਦੇ ਇੱਕ ਟਾਊਨ ਹਾਲ ਦੇ ਵਿੱਚ ਇਹਨਾਂ ਵੋਟ ਮਸ਼ੀਨਾਂ ਦੀ ਭਰੋਸੇਯੋਗਤਾ ਦੇ ਉੱਤੇ ਇੱਕ ਨਹੀਂ ਅਨੇਕਾਂ ਸਵਾਲ ਖੜੇ ਕਰ ਦਿੱਤੇ ਨੇ ਐਲਨ ਮਸਕ ਇਸ ਵਕਤ 트ੰਪ ਦਾ ਖੁੱਲ ਕੇ ਸਮਰਥਨ ਕਰ ਰਹੇ ਨੇ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਦੇ ਡੋਮੇਨੀਅਨ ਕੰਪਨੀ ਦੇ ਜਿਹੜੀਆਂ VOTING ਮਸ਼ੀਨਾਂ ਨੇ ਉਹਨਾਂ ਮਸ਼ੀਨਾਂ ਨੂੰ ਫਿਲਾਡਲਫੀਆ ਅਤੇ ਐਰੀਜ਼ੋਨਾ ਦੇ ਵਿੱਚ ਰਿਪਬਲਿਕਨ ਹਾਰਾਂ ਨਾਲ ਜੋੜਿਆ ਜਾਂਦਾ ਹੈ ਉਹਨਾਂ ਨੇ ਇਹ ਵੀ ਆਖਿਆ ਕਿ ਫਿਲਾਡਲਫੀਆ ਤੇ ਮੈਰੀ ਕੋਪਾ ਕਾਉਂਟੀ ਦੇ ਵਿੱਚ ਡੋਮੇਨੀਅਨ VOTING ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਹੋਰ ਕਈ ਥਾਵਾਂ ਤੇ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਉਹਨਾਂ ਨੇ ਮੁਕੰਮਲ ਤੌਰ ਤੇ ਆਖਿਆ ਕਿ ਇਹਨਾਂ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਉਹ ਕਹਿੰਦੇ ਕੀ ਇਹ ਇਤਫਾਕ ਨਹੀਂ ਲੱਗਦਾ ਐਲਨ ਮਸਕ ਨੇ ਕਿਹਾ ਕਿ ਅਮਰੀਕਾ ਭਰ ਦੇ ਵਿੱਚ ਬੈਲਟ ਪੇਪਰਾਂ ਰਾਹੀਂ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਹਾਲਾਂਕਿ ਦੱਸਣਾ ਬਣਦਾ ਕਿ ਇਹ ਮੰਗ ਸਮੇਂ-ਸਮੇਂ ਤੇ ਭਾਰਤ ਵਿੱਚ ਵੀ ਉੱਠਦੀ ਹੈ ਉਹ ਕਹਿੰਦੇ ਬੈਲਟ ਪੇਪਰਾਂ ਦੀ ਗਿਣਤੀ ਵੀ ਮਸ਼ੀਨਾਂ ਨਾਲ ਨਹੀਂ ਹੋਣੀ ਚਾਹੀਦੀ ਉਹ ਗਿਣਤੀ ਵੀ ਵਿਅਕਤੀਆਂ ਵੱਲੋਂ ਪਾਵ ਹੱਥਾਂ ਨਾਲ ਕੀਤੀ ਜਾਣੀ ਚਾਹੀਦੀ ਹੈ VOTING ਮਸ਼ੀਨਾ ਬਣਾਉਣ ਵਾਲੀ ਕੰਪਨੀ ਡੋਮਿਨੀਅਨ ਨੇ ਮਸਕ ਦੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਤੇ ਬੇਬੁਨਿਆਦ ਕਰਾਰ ਦਿੱਤਾ ਇਸ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਡੋਮੇਨੀਅਨ ਫਿਲਾਡਲਫੀਆ ਰਾਜ ਵਿੱਚ ਸੇਵਾਵਾਂ ਪ੍ਰਦਾਨ ਨਹੀਂ ਕਰਦੀ। ਇਹਦੇ ਤੋਂ ਇਲਾਵਾ ਉਹ ਕਹਿੰਦੇ ਜਿਹੜੀ ਸਾਡੀ VOTING ਪ੍ਰਣਾਲੀ ਹੈ ਉਹ VOTER ਨੂੰ ਬੈਲਟ ਪੇਪਰ ਤੇ ਦਿੱਤੀ ਗਈ ਆਪਣੀ ਵੋਟ ਦੀ ਪੁਸ਼ਟੀ ਕਰਨ ਦੇ ਵਿੱਚ ਵੀ ਮਦਦ ਕਰਦੀ ਹੈ। ਇਹਦੇ ਤੋਂ ਇਲਾਵਾ ਉਹਨਾਂ ਨੇ ਦਾਵਾ ਕੀਤਾ ਕਿ ਮਸ਼ੀਨ VOTE ਅਤੇ ਬੈਲਟ ਪੇਪਰ ਇਹ VOTਿਆਂ ਦੀ ਗਿਣਤੀ ਨੂੰ ਮਿਲਾ ਕੇ ਅਸੀਂ ਇੱਕ ਵਾਰ ਨਹੀਂ ਅਨੇਕਾਂ ਵਾਰ ਐਡਿਟ ਕਰ ਚੁੱਕੇ ਹਾਂ। ਇਸ ਆਡਿਟ ਦੇ ਵਿੱਚ ਵੀ ਕਦੇ ਵੀ ਕੋਈ ਨਤੀਜੇ ਇੱਕ ਦੂਸਰੇ ਦੇ ਉਲਟ ਨਹੀਂ ਆਏ। ਉਹ ਕਹਿੰਦੇ ਇਹਦੇ ਤੋਂ ਇਹ ਸਾਫਤ ਹੁੰਦਾ ਹੈ ਕਿ ਸਾਡੀ ਮਸ਼ੀਨ ਸਹੀ ਨਤੀਜੇ ਦਿੰਦੀ ਹੈ ਦਸਣਾ ਬਣਦਾ ਕਿ ਅਮਰੀਕਾ ਦੇ ਵਿੱਚ 5 ਨਵੰਬਰ ਨੂੰ ਹੋਣ ਜਾ ਰਹੀਆਂ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਤਕਰੀਬਨ 15 ਦਿਨ ਬਾਕੀ ਨੇ ਰਿਪਬਲਿਕ ਪਾਰਟੀ ਵੱਲੋਂ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਇਸ ਵਕਤ ਫਿਰ ਤੀਸਰੀ ਵਾਰ ਚੋਣ ਮੈਦਾਨ ਵਿੱਚ ਨੇ ਇੱਕ ਵਾਰੀ ਉਹ ਰਾਸ਼ਟਰਪਤੀ ਬਣ ਗਏ ਸੀ ਪਿਛਲੀਆਂ ਚੋਣਾਂ ਉਹ ਹਾਰ ਗਏ ਸੀ ਤੇ ਇਸ ਵਾਰ ਫਿਰ ਉਹ ਚੋਣ ਮੈਦਾਨ ਵਿੱਚ ਨੇ ਜਦ ਕਿ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹਾਇਰਸ ਨੇ ਐਲਨ ਮਸਕ ਇਹਨਾਂ ਚੋਣਾਂ ਵਿੱਚ 트ੰਪ ਦਾ ਖੁੱਲਕੇ ਸਮਰਥਨ ਵੀ ਕਰ ਰਹੇ ਨੇ ਅਤੇ ਪ੍ਰਚਾਰ ਵੀ ਕਰ ਰਹੇ ਨੇ ਐਲਨ ਮਸਕ ਨੇ 트ੰਪ ਦੀ ਪਾਰਟੀ ਦੀ ਪੋਲੀਟੀਕਲ ਐਕਸ਼ਨ ਕਮੇਟੀ ਨੂੰ 75 ਮਿਲੀਅਨ ਡਾਲਰਾਂ ਦਾ ਫੰਡ ਵੀ ਦਿੱਤਾ ਹੈ ਇਹਦੇ ਨਾਲ ਹੀ ਮਸਕ 224 ਦੀਆਂ ਚੋਣਾਂ ਦੇ ਵਿੱਚ ਇਹ ਆਖਿਆ ਜਾ ਸਕਦਾ ਹੈ ਕਿ ਸਭ ਤੋਂ ਵੱਧ ਫੰਡ ਦਾਨ ਕਰਨ ਵਾਲੇ ਕਾਰੋਬਾਰੀਆਂ ਦੇ ਵਿੱਚ ਆ ਗਏ ਨੇ ਸੋ ਦੋਸਤੋ ਇਹਦੇ ਨਾਲ ਹੀ ਇਹ ਸੀ ਆਪਣਾ ਪ੍ਰੋਗਰਾਮ ਤੇ ਸਮੇਂ ਦੀ ਸਮਾਪਤੀ ਹੈ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਭਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ